ਕੋਈ ਵੀ ਚੀਜ਼ ਦੀ ਜਿਹੜੀ ਥੋੜੀ ਜਿਹੀ ਸ਼ਕਤੀ ਹੁੰਦੀ ਹੈ ਨਾ ਇਟ ਇਜ਼ ਇੰਪੋਰਟੈਂਟ ਬਿਕੋਜ਼ ਉਸ ਤੋਂ ਬਗੈਰ ਵੀ ਡੋਨਟ ਫੰਕਸ਼ਨ ਸ਼ਕਤੀ ਇੰਨੀ ਕੀ ਹੈ ਕਿ 10 ਤਰੀਕ ਤੱਕ ਪੇਰੈਂਟਸ ਫੀਸ ਦੇ ਦੇਣ ਸੌਫਟਵੇਅਰ ਚੱਕੇਗਾ ਉਸ ਤੋਂ ਬਾਅਦ ਸੌਫਟਵੇਅਰ ਚੱਕਣਾ ਬੰਦ ਕਰ ਦੇ ਗਰਾਇਆ ਚ ਐਸਟੀਐਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਮਾਪਿਆਂ ਦੇ ਵੱਲੋਂ ਸਕੂਲ ਪ੍ਰਬੰਧਕਾਂ ਤੇ ਲਾਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ। ਦੱਸ ਦਈਏ ਬੀਤੇ ਦਿਨ ਸਕੂਲ ਪ੍ਰਸ਼ਾਸਨ ਦੇ ਖਿਲਾਫ ਮਾਪਿਆਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਤੇ ਆਰੋਪ ਲਗਾਏ ਗਏ ਸਨ ਕਿ ਸਕੂਲ ਪ੍ਰਸ਼ਾਸਨ ਉਹਨਾਂ ਤੋਂ ਐਨੂਅਲ ਫੀਸ ਤੋਂ 10 ਗੁਣਾ ਵੱਧ ਪੈਸੇ ਵਸੂਲ ਕਰ ਰਿਹਾ ਹੈ, ਕਾਪੀਆਂ ਤੇ ਵਰਦੀਆਂ ਵੀ ਸਕੂਲ ਵਿੱਚੋਂ ਖਰੀਦਣ ਲਈ ਮਜਬੂਰ ਕਰ ਰਿਹਾ ਹੈ। ਉਸੇ ਮੁੱਦੇ ਨੂੰ ਲੈ ਕੇ ਅੱਜ ਸਕੂਲ ਪ੍ਰਬੰਧਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਦੱਸਿਆ ਕਿ ਮਾਪਿਆਂ ਦੇ ਵੱਲੋਂ ਲਗਾਏ ਗਏ ਸਾਰੇ ਆਰੋਪ ਝੂਠੇ ਨੇ। ਸਕੂਲ ਨੇ ਕਦੇ ਵੀ ਵੱਧ ਪੈਸੇ ਨਹੀਂ ਵਸੂਲੇ ਤੇ ਨਾ ਹੀ ਕਦੇ ਕਿਸੇ ਨੂੰ ਸਕੂਲ ਤੋਂ ਸਮਾਨ ਖਰੀਦਣ ਲਈ ਮਜਬੂਰ ਕੀਤਾ ਹੈ। ਇੰਨਾ ਹੀ ਨਹੀਂ, ਲੌਕਡਾਊਨ ਦੇ ਵਿੱਚ ਵੀ ਮਾਪਿਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਹੁਣ ਵੀ ਸਕੂਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮਾਪਿਆਂ ਦੇ ਨਾਲ ਖੜਾ ਹੈ। ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਤੇ ਮਾਪਿਆਂ ਵੱਲੋਂ ਲਗਾਏ ਗਏ ਆਰੋਪ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ। ਪਹਿਲਾਂ ਤਾਂ ਸਾਰੇ ਪੇਰੈਂਟਸ ਨੂੰ, ਸਾਰੇ ਬੱਚਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਐਂਡ ਲੋਟਸ ਆਫ ਗੁੱਡ ਵਿਸ਼ਿਸ ਫੋਰ ਦਾ ਨਿਊ ਸੈਸ਼ਨ ਐਂਡ ਹੋਪ ਇਸ ਸੈਸ਼ਨ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਸੋਲਵ ਕਰ ਲਈਏ। ਐਂਡ ਜਿਹੜੀ ਵੀ ਪ੍ਰੋਬਲਮ ਕਿਸੇ ਪੇਰੈਂਟ ਨੂੰ ਆਉਂਦੀ ਹੈ, ਧਰਨਾ ਲਾ ਕੇ ਜਾਂ ਐਜੀਟੇਸ਼ਨ ਕਰਕੇ, ਇਜ਼ ਨੋਟ ਅ ਸੋਲਿਊਸ਼ਨ। ਪੇਰੈਂਟਸ ਮੇਰੇ ਕੋਲ ਆਉਣ, ਵਨ ਬਾਏ ਵਨ ਆਪਣੀਆਂ ਪ੍ਰੋਬਲਮਸ ਰੱਖਣ, ਆਪਣੀ ਐਪਲੀਕੇਸ਼ਨ ਇੱਥੇ ਦੇ ਦੇਣ, ਉਸ ਐਪਲੀਕੇਸ਼ਨ ਦੇ ਅਕੋਰਡਿੰਗਲੀ ਵਿਦ ਇਨ ਵਨ ਡੇ ਅਸੀਂ ਐਕਸ਼ਨ ਲਵਾਂਗੇ ਐਂਡ ਵੀ ਵਿਲ ਵੈਰੀਫਾਈ ਦਾ ਫੈਕਟਸ। ਇਨਫੈਕਟ ਮੈਂ ਪੇਰੈਂਟਸ ਨੂੰ ਇਹ ਵੀ ਕਿਹਾ ਸੀਗਾ, ਪਿਛਲੀ 31 ਤਰੀਕ ਨੂੰ ਪੇਰੈਂਟਸ ਇਕੱਠੇ ਹੋ ਕੇ ਆਏ ਸੀ, 35-40 ਪੇਰੈਂਟਸ ਸੀਗੇ ਸਕੂਲ ਦੇ ਵਿੱਚ। ਇਹ 5-6 ਵਾਰੀ ਆ ਚੁੱਕੇ ਨੇ ਐਂਡ ਜਦ ਹਰ ਵਾਰੀ ਇਹਨਾਂ ਨੂੰ ਦੱਸਿਆ ਜਾਂਦਾ ਹੈ, ਹਰ ਵਾਰੀ ਇਹਨਾਂ ਦੀ ਪ੍ਰੋਬਲਮ ਸੋਲਵ ਕੀਤੀ ਜਾਂਦੀ ਹੈ। ਬਿਕੋਜ਼ ਪਹਿਲੀ ਵਾਰ ਜਦੋਂ ਆਏ ਸੀ ਸਪਟੈਂਬਰ ਵਿੱਚ, ਸਪਟੈਂਬਰ ਤੋਂ ਲੈ ਕੇ ਮਾਰਚ ਤੱਕ 5-6 ਵਾਰੀ ਆ ਚੁੱਕੇ ਨੇ ਔਰ ਜਦੋਂ ਵੀ ਆਉਂਦੇ ਨੇ ਮੈਂ ਹਮੇਸ਼ਾ ਅਵੇਲੇਬਲ ਹੁੰਦੀ ਹਾਂ ਔਰ ਹਮੇਸ਼ਾ ਇਹਨਾਂ ਦੀ ਪ੍ਰੋਬਲਮ ਸੋਲਵ ਕਰਦੀ ਹਾਂ। ਪਹਿਲੀ ਵਾਰ ਜਦੋਂ ਇਹ ਆਏ ਸੀ, ਇਹਨਾਂ ਦੀ ਪ੍ਰੋਬਲਮ ਸੀ ਵੀ ਅਸੀਂ ਫੀਸਾਂ ਨਹੀਂ ਦੇ ਸਕਦੇ, ਅਸੀਂ ਐਨੂਅਲ ਚਾਰਜਸ ਨਹੀਂ ਦੇਣੇ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਨਾ ਦਿਓ। ਪਰ ਕਈ ਪੇਰੈਂਟਸ ਐਸੇ ਸੀ ਜਿਨ੍ਹਾਂ ਨੇ ਸਕੂਲ ਸ਼ੁਰੂ ਹੋਏ ਨੂੰ 5 ਮਹੀਨੇ ਹੋ ਚੁੱਕੇ ਸੀ, ਕਈਆਂ ਨੇ ਫੀਸਿਸ ਨਹੀਂ ਸੀ ਪੂਰੀਆਂ 5 ਮਹੀਨੇ ਦੀਆਂ ਦਿੱਤੀਆਂ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਸਕੂਲ ਚਲਾਉਣ ਵਿੱਚ ਮੁਸ਼ਕਿਲ ਆ ਰਹੀ ਆ, ਮੈਂ ਤੁਹਾਤੋਂ ਹੈਲਪ ਮੰਗ ਰਹੀ ਹਾਂ ਕਿ ਤੁਸੀਂ ਜੇ ਫੀਸ ਦਿਓਗੇ ਤਾਂ ਅਸੀਂ ਆਪਣੇ ਸਟਾਫ ਨੂੰ ਦੇਵਾਂਗੇ। ਬਿਕੋਜ਼ ਅਸੀਂ ਆਪਣੇ ਸਟਾਫ ਨੂੰ ਫੁੱਲ 100% ਸੈਲਰੀਜ ਦੇ ਰਹੇ ਹਾਂ, ਵੈਦਰ ਉਹ ਟੀਚਿੰਗ ਸਟਾਫ ਹੈ ਜਾਂ ਨੋਨ ਟੀਚਿੰਗ ਸਟਾਫ ਹੈ, ਚਾਹੇ ਉਹ ਕਲਾਸ 4 ਇੰਪਲੋਈਜ਼ ਹੈ, ਚਾਹੇ ਉਹ ਬੱਸਾਂ ਦੇ ਡਰਾਈਵਰ ਜਾਂ ਕੰਡਕਟਰ ਨੇ। ਬੱਸਿਸ ਵੀ ਖੜੀਆਂ ਨੇ, ਤੁਹਾਨੂੰ ਪਤਾ ਹੈ ਸਾਡੇ ਕੋਲ 24 ਬੱਸਿਸ ਨੇ, 24 ਡਰਾਈਵਰ ਤੇ 24 ਕੰਡਕਟਰ, ਉਹਨਾਂ ਨੂੰ ਪੂਰੀ ਫੀਸ ਉਹਨਾਂ ਦੀ ਸੈਲਰੀਜ਼ ਦੇ ਰਹੇ। ਜਿਹੜੇ ਸਫਾਈ ਕਰਮਚਾਰੀ ਨੇ, ਜਿੰਨੇ ਵੀ ਸਫਾਈ ਕਰਮਚਾਰੀ ਹੈ, ਤੁਸੀਂ ਜਦੋਂ ਮਰਜ਼ੀ ਸਕੂਲ 'ਚ ਆ ਜਾਓ, ਉਹ ਆਪਣਾ ਕੰਮ ਕਰ ਰਹੇ। ਜੇ ਸਕੂਲ ਖੁੱਲ੍ਹਾ ਆ ਤਾਂ ਕਰ ਰਹੇ ਨੇ, ਬੰਦ ਹੈ ਤਾਂ ਕਈ ਵਾਰ ਬੰਦ 'ਤੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਕਿ ਸਕੂਲ ਦੀ ਸਫਾਈ ਕਰੋ। ਜੇ ਜਿਸ ਦਿਨ ਛੁੱਟੀ ਹੁੰਦੀ ਉਹਨਾਂ ਨੂੰ ਛੁੱਟੀ ਦੇ ਵੀ ਪੈਸੇ ਦਿੱਤੇ ਜਾਂਦੇ ਆ, ਜਿਸ ਤਰ੍ਹਾਂ ਜਦੋਂ ਹਿਦਾਇਤਾਂ ਸਰਕਾਰ ਦੀਆਂ ਆਉਂਦੀਆਂ ਨੇ ਕਿ ਸਕੂਲ ਬੰਦ ਹੋ ਜਾਣ, ਲੋਕਡਾਊਨ ਹੈ, ਅਸੀਂ ਵੀ ਗੋ ਟੋਟਲੀ ਅਕੋਰਡਿੰਗ ਟੂ ਦ ਗਵਰਨਮੈਂਟ ਆਫ ਪੰਜਾਬ, ਗਵਰਨਮੈਂਟ ਆਫ ਇੰਡੀਆ। ਅਸੀਂ ਆਪਣੇ ਮਨ ਮਰਜ਼ੀ ਨਾਲ ਕੁਛ ਵੀ ਨਹੀਂ ਕਰਦੇ, ਅਸੀਂ ਸਰਕਾਰ ਦੇ ਪੂਰੇ ਨੋਟੀਫਿਕੇਸ਼ਨ ਦੇ ਅਕੋਰਡਿੰਗਲੀ ਵੀ ਐਕਟ। ਐਂਡ ਇੱਥੇ ਸਕੂਲ ਦੇ ਵਿੱਚ ਕੋਈ ਵੀ 2 ਨੰਬਰੀ ਕੰਮ ਨਹੀਂ ਹੈ, ਐਵਰੀਥਿੰਗ ਇਜ਼ ਇਨ ਬਲੈਕ ਐਂਡ ਵਾਈਟ, ਸਾਰੇ ਡਾਕੂਮੈਂਟਸ ਮੇਨਟੇਨਡ ਨੇ। ਕੋਈ ਵੀ ਜਦੋਂ ਵੀ ਸਰਕਾਰੀ ਅਫਸਰ ਆ ਕੇ ਇੱਥੇ ਜਦੋਂ ਮਰਜ਼ੀ ਛਾਪਾ ਮਾਰੇ, ਜਦੋਂ ਮਰਜ਼ੀ ਦੇਖ ਲਵੇ, ਸਾਡੇ ਕੋਲ ਐਵਰੀਥਿੰਗ ਇਜ਼ ਰੈਡੀ। ਐਂਡ ਜਿਹੜੀ ਪੇਰੈਂਟਸ ਦੀ ਰੋਸ਼ ਹੈਗਾ ਆ, ਪੇਰੈਂਟਸ ਨੇ ਜਦੋਂ ਪਹਿਲੀ ਵਾਰ ਰੋਸ਼ ਪ੍ਰਗਟ ਕੀਤਾ, ਉਹਨਾਂ ਦੀ ਇਹ ਸੀ ਕਿ ਅਸੀਂ ਐਨੂਅਲ ਚਾਰਜਿਸ ਨਹੀਂ ਦੇਣੇ। ਅਸੀਂ ਕਿਹਾ ਤੁਸੀਂ ਕੋਈ ਗੱਲ ਨਹੀਂ, ਤੁਸੀਂ ਜਿੰਨਾ ਜੋ ਦੇ ਸਕਦੇ ਆ, ਕਿਸੇ ਕੋਲ 100 ਰੁਪਿਆ ਆ, 1,000 ਰੁਪਿਆ ਆ, 500, ਜਿੰਨਾ ਦੇ ਸਕਦੇ ਉਨਾ ਦਿਓ, ਅਸੀਂ ਪ੍ਰੈਸ਼ਰਾਈਜ਼ ਨਹੀਂ ਕਰਦੇ। ਬਟ ਤੁਸੀਂ ਜਿੰਨੀ ਤੁਹਾਡੀ ਹੈਸੀਅਤ ਹੈਗੀ ਜਾਂ ਜਿੰਨਾ ਤੁਸੀਂ ਈਜ਼ੀਲੀ ਦੇ ਸਕਦੇ ਆ ਉਨਾ ਦਿਓ, ਬਿਕੋਜ਼ ਸਾਨੂੰ ਸਕੂਲ ਚਲਾਉਣਾ ਮੁਸ਼ਕਿਲ ਹੋ ਗਿਆ। ਕਾਫੀ ਪੇਰੈਂਟਸ ਨੇ ਦੇ ਦਿੱਤਾ ਸੀ, ਉਸ ਤੋਂ ਬਾਅਦ ਫਿਰ 1-2 ਮਹੀਨੇ ਬਾਅਦ ਫਿਰ ਆ ਗਏ, ਅਸੀਂ ਐਨੂਅਲ ਚਾਰਜਿਸ ਦੇਣੇ। ਦੈਨ ਆਈ ਸੈਡ ਕਿ ਮੈਮ ਤੁਸੀਂ ਐਨੂਅਲ ਚਾਰਜਿਸ ਕਿਉਂ ਮੰਗ ਰਹੇ? ਮੈਂ ਕਿਹਾ ਮੈਂ ਐਨੂਅਲ ਚਾਰਜਿਸ ਨਹੀਂ ਮੰਗ ਰਹੀ, ਅਸੀਂ ਸਾਰਾ ਕੁਝ ਕੋਰਟ ਦੇ ਅਕੋਰਡਿੰਗਲੀ ਕਰਾਂਗੇ, ਬਿਕੋਜ਼ ਦਾ ਕੋਰਟ ਸਕੂਲ ਮੈਨੇਜਮੈਂਟ ਆਲਸੋ ਹੈਵ ਟੇਕਨ ਦਿਸ ਟੂ ਦਾ ਹਾਈ ਕੋਰਟ। ਜੋ ਹਾਈ ਕੋਰਟ ਦਾ ਫੈਸਲਾ ਹੋਏਗਾ ਅਸੀਂ ਉਹੀ ਦੱਸਾਂਗੇ। ਜੇ ਹਾਈ ਕੋਰਟ ਕਹੇਗੀ ਵੀ 10% ਲੈ ਲਓ, ਅਸੀਂ 10% ਲੈ ਲਾਂਗੇ। ਹਾਈ ਕੋਰਟ ਕਹੇਗੀ 80% ਲੈ ਲਓ, ਅਸੀਂ 80% ਲੈ ਲਾਂਗੇ। ਉਹਦੇ ਵਿੱਚ ਫਿਰ ਹਾਈ ਕੋਰਟ ਦਾ ਫੈਸਲਾ ਆਇਆ ਕਿ 70% ਲੈ ਲਓ, ਅਸੀਂ ਕਿਹਾ 70% ਦੇ ਲਈ ਪੇਰੈਂਟਸ ਨੂੰ ਨੋਟੀਫਾਈ ਕਰਤਾ। ਬਟ ਪੇਰੈਂਟਸ ਫਿਰ ਐਜੀਟੇਟ ਹੋ ਗਏ, ਅਸੀਂ ਤਾਂ ਦੇਣੇ ਹੀ ਨਹੀਂ ਆ, ਸਾਡੇ ਕੋਲ ਤਾਂ ਹੈ ਹੀ ਨਹੀਂ ਪੈਸੇ, ਸਾਡੇ ਕੋਲ ਕਰੋਨਾ ਆ, ਸਾਡੀਆਂ ਮਤਲਬ ਵਟ ਐਵਰ ਪ੍ਰੋਬਲਮਸ ਹੁੰਦੇ ਆ।
ਆਈ ਸੈਡ ਜਿਹੜੀਆਂ ਪ੍ਰੋਬਲਮਸ ਹੈ ਸਿੰਪੈਥੈਟਿਕਲੀ ਅਸੀਂ ਉਹਨਾਂ ਨੂੰ ਦੇਖਾਂਗੇ, ਜ਼ਬਰਦਸਤੀ ਕਿਸੇ ਦੀ ਨਹੀਂ ਹੈ। ਬਟ ਉਹਨਾਂ ਦਾ ਕੰਡੀਸ਼ਨ ਇਹ ਸੀ ਕਿ ਸਾਰਿਆਂ ਦੇ ਐਨੂਅਲ ਚਾਰਜਸ ਮਾਫ ਕੀਤੇ ਜਾਣ। ਸਾਰਿਆਂ ਦੇ ਐਨੂਅਲ ਚਾਰਜਸ ਮਾਫ ਨਹੀਂ ਹੋ ਸਕਦੇ, ਮੇਰੀ ਹੱਥ ਜੋੜ ਕੇ ਇਹੀ ਰਿਕੁਐਸਟ ਹੈ, ਬਿਕੋਜ਼ ਦੈਨ ਇਟ ਬਿਕਮਸ ਵੈਰੀ ਡਿਫਿਕਲਟ ਫਾਰ ਦ ਫੰਕਸ਼ਨਿੰਗ ਆਫ ਦ ਸਕੂਲ। ਸਕੂਲ ਫੰਕਸ਼ਨ ਨਹੀਂ ਕਰ ਸਕੇਗਾ, ਅਸੀਂ ਤਨਖਾਹਾਂ ਨਹੀਂ ਦੇ ਸਕਾਂਗੇ, ਬਿਕੋਜ਼ ਸਾਡੀ ਫੀਸ ਸਟਰਕਚਰ ਇੰਨੀ ਨੋਮੀਨਲ ਹੈਗੀ ਕਿ ਇਸ ਫੀਸ ਸਟਰਕਚਰ ਵਿੱਚ ਹੀ ਸਾਡੇ ਖਰਚੇ ਪੂਰੇ ਹੁੰਦੇ ਨੇ, ਚਾਹੇ ਉਹ ਅਸੀਂ ਅਲੱਗ ਅਲੱਗ ਡਿਵੀਜ਼ਨਸ ਕੀਤੀਆਂ ਹੋਈਆਂ ਨੇ, ਕੰਪਿਊਟਰ ਫੀਸ ਜਾਂ ਐਨੂਅਲ ਚਾਰਜਿਸ ਜਾਂ ਟਿਊਸ਼ਨ ਫੀਸ ਜਾਂ ਜਿੰਨੀ ਵੀ ਹੈ ਉਹ ਅਲੱਗ ਅਲੱਗ ਈਜ਼ੀ ਕਰਨ ਲਈ ਪੇਰੈਂਟਸ ਨੇ ਕੀਤਾ ਸੀ। ਟੋਟਲ ਫੀਸ ਜਿੰਨੀ ਹੈਗੀ ਉਹਦੇ ਨਾਲ ਸਾਡਾ ਪੂਰੀ ਬੈਲੈਂਸ ਸ਼ੀਟ ਜਿਹੜੀ ਆ ਇਟ ਇਜ਼ ਬੈਲੈਂਸਡ। ਉਹਦੇ ਵਿੱਚੋਂ ਜੇ ਕੋਈ ਚੀਜ਼ ਮਿਸਿੰਗ ਹੁੰਦੀ ਹੈ ਵੀ ਆਰ ਨੋਟ ਏਬਲ ਟੂ ਫੰਕਸ਼ਨ।